ਕਹਿੰਦਾ ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ, ਮਿੱਟੀ ਨਾ ਫਰੋਲ ਜੋਗੀਆ। ਅੱਜ 30 ਅਪ੍ਰੈਲ ਆ, 30 ਅਪ੍ਰੈਲ ਵਾਲੇ ਦਿਨ ਪੰਜਾਬ ਦੇ ਇੱਕ ਪੰਜਾਬੀ ਮਹਾਨ ਯੋਧੇ ਨੇ ਆਪਣੇ ਆਖਰੀ ਸਾਹ ਪੂਰੇ ਕੀਤੇ ਸੀ। 1837 30 ਅਪ੍ਰੈਲ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਹੋਈ ਸੀ। ਇਹਨਾਂ ਦਾ ਜਨਮਦਿਨ ਵੀ ਇਸੇ ਮਹੀਨੇ ਦੇ ਵਿੱਚ ਆਉਂਦਾ, 28 ਅਪ੍ਰੈਲ। ਪਰਸੋਂ ਇਹਨਾਂ ਦਾ ਜਨਮਦਿਨ ਸੀ, 28 ਅਪ੍ਰੈਲ 1791 ਦੇ ਵਿੱਚ ਗੁਜਰਾਂ ਵਾਲੇ ਲਹਿੰਦੇ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਬਣਨ ਤੋਂ ਬਾਅਦ ਇਹਨਾਂ ਪਹਿਲੀ ਫਤਿਹ 1807 ਦੇ ਵਿੱਚ ਕਸੂਰ ਜਿੱਤਿਆ, ਉਸ ਤੋਂ ਬਾਅਦ 1813 ਦੇ ਵਿੱਚ ਅਟਕ ਜਿੱਤਿਆ, ਫਿਰ ਮੁਲਤਾਨ, ਫਿਰ ਕਸ਼ਮੀਰ, ਫਿਰ ਹਜ਼ਾਰਾ, ਫਿਰ ਪਿਸ਼ਾਵਰ, ਫਿਰ ਜਿੱਤਦਾ ਹੀ ਗਿਆ। ਔਰ ਬੜੇ ਤਗੜੇ ਜਰਨੈਲ ਹੋਏ ਨੇ ਜਿਹਨਾਂ ਨੇ ਆਪਣੇ ਹੱਥੀਂ ਸ਼ੇਰ ਦਾ ਚਬਾੜਾ ਪਾੜ ਦਿੱਤਾ ਸੀ। ਔਰ ਬੜੇ ਤਗੜੇ ਇਹ ਗਵਰਨਰ ਵੀ ਲੱਗੇ ਰਹੇ ਆ ਇੱਥੇ ਕਸ਼ਮੀਰ ਦੇ ਵਿੱਚ, ਆਪਣਾ ਪਿਸ਼ਾਵਰ ਦੇ ਵਿੱਚ। ਔਰ ਅਫਗਾਨੀਆਂ ਨੂੰ ਛਿੱਤਰ ਮਾਰ ਕੇ ਇਹਨਾਂ ਨੇ ਇੱਥੋਂ ਕੱਢਿਆ ਸੀ। ਜਦੋਂ ਇਹਨਾਂ ਇੱਥੋਂ ਕੱਢ ਦਿੱਤਾ ਸੀ ਤਾਂ ਫਿਰ ਦੁਬਾਰਾ ਇੱਥੇ ਜੁੱਤੀਆਂ ਪਾਲਿਸ਼ ਕਰਨ ਜਾਂ ਫਿਰ ਛੋਲੇ ਭਟੂਰੇ ਵੇਚਣੀ ਆਏ ਆ, ਰਾਜ ਕਰਨ ਲਈ ਆਏ। ਲੇਕਿਨ ਜੋ ਅੱਜ ਦੇ ਹਾਲਾਤ ਅਸੀਂ ਵੇਖ ਰਹੇ ਹਾਂ, ਇਸਲਾਮਾਬਾਦ ਦੇ ਵਿੱਚ ਅਫਗਾਨੀ ਸਾਡੇ ਨਾਲ ਕਰ ਰਹੇ ਨੇ, ਤਾਂ ਇਹਦਾ ਮਤਲਬ ਹੈ ਕਿ ਸਾਡੇ ਤਾਂ ਰਾਜ ਦੁਬਾਰਾ ਕਰਨਗੇ ਲਹਿੰਦੇ ਪੰਜਾਬ ਪਾਕਿਸਤਾਨ ਨੂੰ। ਇੱਕ ਹਰੀ ਸਿੰਘ ਨਲੂਏ ਦੀ ਲੋੜ ਹੈ। ਔਰ ਹਰੀਪੁਰ ਹਜ਼ਾਰਾ ਦੇ ਵਿੱਚ ਇੱਕ ਨਹਿਰ ਵੀ ਇਹਨਾਂ ਬਣਾਈ ਸੀ, ਜਿਹਦਾ ਨਾਂ ਆ ਰੰਗੀਲਾ ਪਹੀ, ਜੋ ਕਿ ਕਈ ਹਜ਼ਾਰ ਪਿੰਡਾਂ ਨੂੰ ਪਾਣੀ ਦਿੰਦੀ ਆ ਉਹ ਨਹਿਰ। ਇਸ ਤੋਂ ਵੱਧ ਆਸਟ੍ਰੇਲੀਆ ਦੇ ਇੱਕ ਮਿਲੀਨਰ ਮੈਗਜ਼ੀਨ ਆ, ਉਹਦੇ ਵਿੱਚ ਦੁਨੀਆ ਦੇ 10 ਜਿਹੜੇ ਸੀ ਤਗੜੇ ਜਰਨੈਲ ਉਹਨਾਂ ਦੀ ਫਹਿਰਿਸਤ ਜਾਰੀ ਕੀਤੀ ਗਈ। ਸਭ ਤੋਂ ਪਹਿਲਾ ਨੰਬਰ ਸਰਦਾਰ ਹਰੀ ਸਿੰਘ ਨਲੂਏ ਦਾ ਸੀ। ਦੁਨੀਆ 'ਤੇ ਗੋਰੇ ਕਾਲੇ ਹਰ ਫੌਜੀ ਬੰਦਾ ਹਰੀ ਸਿੰਘ ਨਲੂਏ ਨੂੰ ਇੱਕ ਤਗੜਾ ਜਰਨੈਲ ਮੰਨਦਾ ਆ, ਠੀਕ ਹੈ। ਔਰ ਅੱਜ ਦੇ ਦੌਰ ਦੇ ਵਿੱਚ ਵੀ ਲੋਕ ਗੱਲਾਂ ਕਰਦੇ, ਔਰ ਪਹਿਲੇ ਵੀ ਕਰਦੇ ਹੁੰਦੇ ਸੀ। ਇੱਕ SM ਲਤੀਫ ਹੋਏ ਨੇ, ਉਹਨਾਂ ਨੇ ਲਿਖਿਆ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਮਾਵਾਂ ਸੀ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਹੁੰਦੀਆਂ ਸੀ ਕਿ ਪੁੱਤੇ ਸੌਂ ਜਾ, ਹਰੀ ਆਗ ਲਏ, ਠੀਕ ਹੈ। ਸੋ ਉਹ ਜਰਨੈਲ ਸੀ ਪੰਜਾਬ ਦਾ ਸਰਦਾਰ ਹਰੀ ਸਿੰਘ ਨਲੂਆ। ਮੈਂ ਦੱਸਦਾ ਕਿ ਕਿਲ੍ਹਾ ਜਮਰੌਦ ਵੀ ਸਰਦਾਰ ਹਰੀ ਸਿੰਘ ਨਲੂਏ ਨੇ ਬਣਵਾਇਆ ਸੀ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਹੱਦ ਦੇ ਉੱਤੇ ਕਿਲ੍ਹਾ ਜਮਰੌਦ ਆ, ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਆ। ਜਿਹੜੀ ਬਾਉਂਡਰੀ ਬਣੀ ਹੋਈ ਹੈ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ, ਉਹ ਵੀ ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਹੈ, ਠੀਕ ਹੈ। ਕਾਬਲ 'ਤੇ ਅੱਜ ਤੱਕ ਕਿਸੇ ਨੇ ਰਾਜ ਨਹੀਂ ਕੀਤਾ, ਕੋਈ ਜਿੱਤ ਨਹੀਂ ਸਕਿਆ, ਸਰਦਾਰ ਹਰੀ ਸਿੰਘ ਨੇ ਜਿੱਤਿਆ ਸੀ। ਕਾਬਲ ਨੇ ਅੱਜ ਤੱਕ ਅਫਗਾਨਿਸਤਾਨ ਨੇ ਕਿਸੇ ਨੂੰ ਟੈਕਸ ਪੇ ਨਹੀਂ ਕੀਤਾ, ਸਰਦਾਰ ਹਰੀ ਸਿੰਘ ਨਲੂਏ ਨੇ ਟੈਕਸ ਕਲੈਕਟ ਕੀਤਾ ਹੋਇਆ ਉਹਨਾਂ ਦੇ ਕੋਲੋਂ। ਜਿੱਥੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਭੱਜ ਗਈਆਂ ਨੇ, ਲੋਕ ਕਹਿੰਦੇ ਨੇ ਕਿ ਅਫਗਾਨਿਸਤਾਨ ਨੇ ਕੋਈ ਜਿੱਤ ਨਹੀਂ ਸਕਿਆ, ਮੈਂ ਇਹ ਗੱਲ ਨਹੀਂ ਕਰਦਾ, ਬਲਕਿ ਜਿੱਤਿਆ, ਕਈਆਂ ਨੇ ਜਿੱਤਿਆ, ਹਰ ਕਿਸੇ ਨੇ ਜਿੱਤਿਆ, ਹਰ ਕਿਸੇ ਦੇ ਥੱਲੇ ਪਿਆ ਅਫਗਾਨਿਸਤਾਨ। ਰੂਸ ਨੇ ਵੀ ਛਿੱਤਰ ਮਾਰਿਆ ਇਹਨਾਂ ਨੂੰ, ਇਹਨਾਂ ਨੂੰ ਆਪਣਾ ਅਮੈਰੀਕਾ ਨੇ ਵੀ ਛਿੱਤਰ ਮਾਰਿਆ, ਪਰ ਇਹਨਾਂ ਨੂੰ ਸਹੀ ਤੁੰਨ ਕੇ ਜਿਹੜਾ ਜਿੱਤਿਆ ਸੀ ਤਾਂ ਰੱਖਿਆ ਸੀ, ਉਹ ਸਾਡੇ ਪੰਜਾਬੀਆਂ ਰੱਖਿਆ ਸੀ, ਉਹ ਪੰਜਾਬ ਗੁਜਰਾਂ ਦਾ ਯੋਧਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ। ਸੋ ਮੈਂ ਦੁਬਾਰਾ ਫਿਰ ਇਹ ਗੱਲ ਰਿਪੀਟ ਕਰੂੰਗਾ ਕਿ ਅੱਜ ਲਹਿੰਦੇ ਪੰਜਾਬ ਪਾਕਿਸਤਾਨ ਨੂੰ ਸਰਦਾਰ ਹਰੀ ਸਿੰਘ ਨਲੂਏ ਦੀ ਲੋੜ ਹੈ, ਕਿਉਂਕਿ ਜੋ ਅਫਗਾਨੀਆਂ ਨੇ ਇੱਥੇ ਹਾਲ ਕਰ ਦਿੱਤਾ ਵੀ ਸਾਡਾ ਬਹੁਤ ਮਾੜਾ ਹਾਲ ਕੀਤਾ ਪਿਆ। ਹਰ ਜਗ੍ਹਾ 'ਤੇ ਬਿਜ਼ਨਸ 'ਤੇ ਇਹਨਾਂ ਦਾ ਕਬਜ਼ਾ, ਹਰ ਮਤਲਬ ਕਿ ਕਾਰੋਬਾਰ 'ਤੇ, ਪਲਾਟਾਂ 'ਤੇ, ਘਰਾਂ 'ਤੇ, ਹਰ ਜਗ੍ਹਾ 'ਤੇ ਨਸ਼ਿਆਂ 'ਤੇ ਵੇਚ ਰਹੇ ਨੇ, ਅਸਲਾ ਇਹ ਲੈ ਕੇ ਆ ਰਹੇ ਨੇ, ਰੇਬ ਇਹ ਕਰ ਰਹੇ ਨੇ, ਚੋਰੀਆਂ ਇਹ ਕਰ ਰਹੇ ਨੇ, ਡਕੇਟੀਆਂ ਇਹ ਕਰ ਰਹੇ ਨੇ, ਲੋਕਾਂ ਨੂੰ ਕੁੱਟੇ ਰਹੇ ਨੇ। ਸੋ ਤੁਸੀਂ ਸ਼ਰੇਆਮ ਵੀਡੀਓ ਇਹਨਾਂ ਦੀਆਂ ਵੇਖੀਆਂ ਨੇ, ਕੁੜੀਆਂ ਨੂੰ ਛੇੜ ਰਹੇ ਨੇ, ਗਲਤ ਗਲਤ ਹਰਕਤਾਂ ਕਰ ਰਹੇ ਨੇ, ਠੀਕ ਹੈ। ਸੋ ਸਾਨੂੰ ਲੋੜ ਹੈ ਸਰਦਾਰ ਹਰੀ ਸਿੰਘ ਨਲੂਏ ਦੀ ਇੱਕ ਵਾਰੀ ਦੁਬਾਰਾ ਫਿਰ, ਠੀਕ ਹੈ, ਜਿਉਂਦੇ ਵਸਦੇ ਰਹੋ। ਪੰਜਾਬ ਨੂੰ ਲੋੜ ਹੈ ਦੁਬਾਰਾ ਫਿਰ ਇੱਕ ਹਰੀ ਸਿੰਘ ਨਲੂਏ ਦੀ, ਜੇ ਅਫਗਾਨੀਆਂ ਕੋਲ ਬਚਣਾ ਤਾਂ।